ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਖਾਲਸਾ ਜੀ, ਕਹਿੰਦੇ ਹਨ ਕਿ ਰੱਬ 'ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਜੇ ਸਾਨੂੰ ਰੱਬ 'ਤੇ ਵਿਸ਼ਵਾਸ ਹੈ ਨਾ, ਤਾਂ ਸਾਡੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਜਾਂ ਜੋ ਕੁਝ ਵੀ ਹੋਣਾ ਹੈ ਨਾ, ਇਹ ਵਾਹਿਗੁਰੂ ਨੇ ਖੁਦ ਲਿਖਿਆ ਹੁੰਦਾ ਹੈ। ਅਤੇ ਵਾਹਿਗੁਰੂ ਆਪਣੇ ਸੰਗਤ, ਆਪਣੇ ਭਗਤਾਂ ਨੂੰ, ਜਿਹੜਾ ਕਿ ਹਰ ਰੋਜ਼ ਗੁਰੂ ਦੀ ਬਾਣੀ ਪੜ੍ਹਦਾ ਹੈ ਖਾਲਸਾ ਜੀ, ਉਸ ਨੂੰ ਓਨਾ ਕੀ ਦੁੱਖ ਦਿੰਦੇ ਹਨ ਜਿੰਨਾ ਕੁ ਉਹ ਸਹਾਰ ਸਕੇ। ਕਈ ਵੇਲੇ ਬਹੁਤ ਵੱਡੇ ਦੁੱਖ ਨੂੰ ਵੀ ਛੋਟਾ ਜਿਹਾ ਦੁੱਖ ਬਣਾ ਦਿੰਦੇ ਨੇ। ਇਸ ਕਰਕੇ ਖਾਲਸਾ ਜੀ, ਸਾਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਰੱਬ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ, ਵਾਹਿਗੁਰੂ, ਦਸਾਂ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਖਾਲਸਾ ਜੀ, ਅੱਜ ਜੋ ਹੱਡ ਬੀਤੀ ਹੈ ਅਸੀਂ ਤੁਹਾਨੂੰ ਸੁਣਾਉਣਾ ਕਰ ਰਹੇ ਹਾਂ ਖਾਲਸਾ ਜੀ, ਉਹ ਇੱਕ ਭੈਣ ਜੀ ਦੀ ਹੈ ਜੋ ਕਿ ਕਹਿੰਦੇ ਹਨ ਕਿ ਮੇਰੇ ਪਤੀ ਇੱਕ ਦੁਕਾਨਦਾਰ ਹਨ। ਕਹਿੰਦੇ ਬਾਜ਼ਾਰ ਵਿੱਚ ਨਾ ਸਾਡੇ ਆਲੇ ਦੁਆਲੇ ਕਾਫੀ ਦੁਕਾਨਾਂ ਸਨ ਅਤੇ ਸਾਡੀ ਦੁਕਾਨ ਬਹੁਤ ਵਧੀਆ ਚੱਲ ਰਹੀ ਸੀ। ਨੌਕਰ ਚਾਕਰ ਸਨ, ਘਰ ਦਾ ਕੰਮ ਕਾਜ ਵੀ ਬਹੁਤ ਵਧੀਆ ਚੱਲ ਰਿਹਾ ਸੀ। ਕਹਿੰਦੇ ਕਿ ਨਾ ਇੱਕ ਵਾਰ ਨਾ ਵੀ ਮਤਲਬ ਜਿਹੜੇ ਆਲੇ ਦੁਆਲੇ ਵਾਲੇ ਦੁਕਾਨਦਾਰ ਹੁੰਦੇ ਨਾ, ਕਹਿੰਦੇ ਸਾਡੇ ਤੋਂ ਨਾ ਬਹੁਤ ਹੀ ਸੜਨ ਲੱਗ ਪਏ ਕਿ ਕਿਤੇ ਕਿੱਦਾਂ ਕਰਕੇ ਇਹਨਾਂ ਦਾ ਕੰਮ ਦਿਨ ਦੁੱਗਣੀ ਚੁਰੱਕਣੀ ਕਰਦਾ ਹੈ, ਕਿਉਂ ਨਾ ਇਹਨਾਂ ਦਾ ਕੰਮ ਠੱਪ ਕੀਤਾ ਜਾਵੇ। ਕਹਿੰਦੇ ਕਿ ਸਾਰਿਆਂ ਨੇ ਮਿਲੀ ਭਗਤ ਕਰ ਲਈ ਕਿ ਇਹ ਦੁਕਾਨ 'ਚ ਹੇਰਾ ਫੇਰੀ ਕਰਦੇ ਨੇ, ਵੀ ਆਪਣੀ ਦੁਕਾਨ 'ਚ ਘੱਟ ਸਮਾਨ, ਘੱਟ ਪੈਸੇ ਲੈ ਕੇ ਅਤੇ ਘੱਟ ਸਮਾਨ ਦਿੰਦੇ ਹਨ। ਕਹਿੰਦੇ ਇਹੋ ਜਿਹੀ ਜਿਹੜੀ ਗੱਲਾਂ ਸੀ ਨਾ, ਇਹ ਉਹਨਾਂ ਨੇ ਫੂਡ ਵਾਲਿਆਂ ਨੂੰ ਦੱਸੀਆਂ, ਵੀ ਜਿੱਦਾਂ ਜਿਹੜੇ ਖਾਣਾ ਚੈੱਕ ਕਰਨ ਆਉਂਦੇ ਕਿ ਇਹਨਾਂ ਦੀ ਦੁਕਾਨ 'ਤੇ ਕੋਈ ਵਧੀਆ ਸਮਾਨ ਹੈ ਕਿ ਨਹੀਂ, ਕਿ ਵਧੀਆ ਕਿ ਘਟੀਆ ਸਮਾਨ ਹੀ ਸਾਰਾ ਰੱਖਿਆ ਹੈ। ਕਹਿੰਦੇ ਕਿ ਜਦੋਂ ਨਾ ਕਹਿੰਦੇ ਕਿ ਮੇਰੇ ਪਤੀ ਅਤੇ ਮੈਂ ਕਹਿੰਦੇ ਗੁਰਬਾਣੀ ਦੇ ਓਟ ਆਸਰਾ ਲੈਂਦੇ ਸੀ, ਅਸੀਂ ਹਮੇਸ਼ਾ ਹੀ ਗੁਰਬਾਣੀ ਪੜ੍ਹਦੇ ਸੀ, ਅਸੀਂ ਦੋਨਾਂ ਨੇ ਹੀ ਅੰਮ੍ਰਿਤ ਛਕਿਆ ਹੋਇਆ ਸੀ, ਖੰਡੇ ਬਾਟੇ ਦੀ ਪੌਲ ਛਕੀ ਹੋਈ ਸੀ। ਕਹਿੰਦੇ ਸਾਨੂੰ ਆਪਣੇ ਪਰਮਾਤਮਾ ਵਾਹਿਗੁਰੂ 'ਤੇ ਪੂਰਾ ਵਿਸ਼ਵਾਸ ਸੀ ਕਿ ਕਦੇ ਵੀ ਸਾਡੇ ਨਾਲ ਕਦੇ ਵੀ ਕੋਈ ਬੁਰਾ ਨਹੀਂ ਹੋਏਗਾ। ਕਹਿੰਦੇ ਆ ਨਾ ਕਿ ਜਦੋਂ ਬੰਦਾ ਤਰੱਕੀ 'ਤੇ ਪਹੁੰਚਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਹੀ ਰਿਸ਼ਤੇਦਾਰ, ਆਪਣੇ ਹੀ ਨਾਲ ਵਾਲੇ ਖਾਰ ਖਾਂਦੇ ਨੇ, ਸੜਨ ਕਰਦੇ ਨੇ। ਅਤੇ ਕਹਿੰਦੇ ਕਿ ਇੱਦਾਂ ਦੀ ਜਲਨ ਭਾਵਨਾ ਰੱਖਦੇ ਹੋਏ ਨਾ ਉਹਨਾਂ ਨੇ ਸਾਡੀ ਸ਼ਿਕਾਇਤ ਕਰ ਦਿੱਤੀ ਸੀ। ਪਰ ਕਹਿੰਦੇ ਨਾ ਕਿ ਜਿਹਦੇ ਰੱਬ ਰੱਖੇ ਨਾ, ਭਾਵੇਂ ਲੋਕ ਜਿੰਨਾ ਮਰਜ਼ੀ ਉਸਨੂੰ ਕੱਢੋ ਕੱਢੋ ਵੀ ਉੱਥੋਂ ਬਦਨਾਮ ਕਰਕੇ ਕੱਢਣ ਦੀ ਕੋਸ਼ਿਸ਼ ਕਰਨ ਨਾ, ਪਰ ਕਹਿੰਦੇ ਜਦੋਂ ਉਹ ਰੱਬ ਰੱਖਣ 'ਤੇ ਆ ਜਾਵੇ ਨਾ, ਕਹਿੰਦੇ ਉਹ ਫਿਰ ਕੋਈ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਕਹਿੰਦੇ ਕਿ ਜਦੋਂ ਸਰਕਾਰੀ ਦਫ਼ਤਰ ਦੇ ਵਿੱਚੋਂ ਅਫਸਰ ਆਏ, ਕਹਿੰਦੇ ਪਹਿਲਾਂ ਤਾਂ ਅਸੀਂ ਬਹੁਤ ਜ਼ਿਆਦਾ ਘਬਰਾ ਗਏ ਵੀ ਕੀ ਗੱਲ ਹੋਈ ਹੈ, ਕੀ ਭਾਣਾ ਵਰਤਿਆ ਹੈ। ਅਤੇ ਉਹਨਾਂ ਨੇ ਸਾਡੀ ਦੁਕਾਨ ਤੋਂ ਮੇਰੇ ਪਤੀ ਨੂੰ ਬਾਹਰ ਬਿਠਾ ਦਿੱਤਾ, ਨੌਕਰਾਂ ਨੂੰ ਵੀ ਬਾਹਰ ਕੱਢ ਦਿੱਤਾ। ਅਤੇ ਕਹਿੰਦੇ ਨੇ ਕਿ ਅਸੀਂ ਦੁਕਾਨ ਦੀ ਪੂਰੀ ਚੈਕਿੰਗ ਕਰਨੀ ਹੈ, ਇੱਥੇ ਸਫਾਈ ਦਾ ਪ੍ਰਬੰਧ ਹੈ ਵੀ ਕਿ ਨਹੀਂ। ਅਤੇ ਪੂਰੇ ਉਹਨਾਂ ਨੇ ਤੱਕੜੀ ਵੱਟਿਆ ਜੋ ਕੰਡਾ ਸੀ ਸਭ ਕੁਛ ਉਹ ਚੈੱਕ ਕਰਨ ਲੱਗ ਪਏ। ਕਹਿੰਦੇ ਮੇਰੇ ਪਤੀ ਬਾਬਾ ਜੀ ਦਾ ਨਾਮ ਲੈਂਦੇ ਹੋਏ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ਼ਹੀਦ ਸਿੰਘ
ਧੰਨ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਕਿ ਗੁਰੂਆਂ ਦਾ ਨਾਮ ਲੈ ਕੇ ਬਾਹਰ ਬੈਠ ਗਏ ਅਤੇ ਮਨ ਵਿੱਚ ਬਾਣੀ ਦਾ ਸਿਮਰਨ ਕਰਨ ਲੱਗ ਪਏ, ਕਿਉਂਕਿ ਜਦ ਅਸੀਂ ਕਿਸੇ ਨਾਲ ਕਦੇ ਕੋਈ ਬੇਈਮਾਨੀ ਨਹੀਂ ਨਾ ਕੀਤੀ ਤਾਂ ਪਰਮਾਤਮਾ ਵੀ ਉਸ ਦਾ ਸਾਥ ਦਿੰਦਾ ਹੈ। ਪਰਮਾਤਮਾ ਜੀ ਕਹਿੰਦੇ ਨੇ ਕਿ ਜੇ ਤੂੰ ਕਿਸੇ ਦਾ ਬੁਰਾ ਨਹੀਂ ਨਾ ਕੀਤਾ ਤਾਂ ਤੇਰਾ ਵੀ ਮੈਂ ਬਾਲ ਨਹੀਂ ਵਿੰਗਾ ਹੋਣ ਦੇਵਾਂਗਾ। ਖਾਲਸਾ ਜੀ ਇੱਦਾਂ ਦਾ ਵਿਸ਼ਵਾਸ ਬਣਾ ਕੇ ਕਹਿੰਦੇ ਉਹ ਨਾ ਸਾਰਾ ਸਮਾਨ ਛੱਡ ਕੇ ਦੁਕਾਨ ਤੋਂ ਬਾਹਰ ਆ ਕੇ ਇੱਕ ਪੱਥਰ ਦੀ ਕੁਰਸੀ ਉੱਤੇ ਬੈਠ ਗਏ। ਕਹਿੰਦੇ ਜਦੋਂ ਬਾਹਰ ਆ ਕੇ ਹੱਥ ਜੋੜ ਕੇ ਪਰਮਾਤਮਾ ਦਾ ਸਿਮਰਨ ਕਰਨ ਲੱਗੇ ਨਾ, ਕਹਿੰਦੇ ਜਿਹੜੇ ਉਹ ਆਏ ਸੀ ਨਾ ਅਫਸਰ ਉੱਥੋਂ ਚੈਕਿੰਗ ਕਰਨ ਵਾਲੇ, ਕਹਿੰਦੇ ਜਦੋਂ ਉਹ ਅੰਦਰ ਗਏ ਕਹਿੰਦੇ ਸਾਰੇ ਦੁਕਾਨਦਾਰ ਖੁਸ਼ ਸੀ ਕਿ ਹੁਣ ਇਸ ਨੂੰ ਆਪਾਂ ਦੁਕਾਨ 'ਚੋਂ ਬਾਹਰ ਕੱਢ ਦਾਂਗੇ, ਇਸ ਨੂੰ ਇਸ ਗਲੀ 'ਚੋਂ ਬਾਹਰ ਕੱਢ ਦਾਂਗੇ, ਵੀ ਇਹਦੀ ਬਹੁਤ ਬਦਨਾਮੀ ਹੋਏਗੀ, ਇਹ ਟੁੱਟ ਜਾਵੇਗਾ, ਫਿਰ ਦੁਕਾਨ ਬੰਦ ਕਰਕੇ ਇੱਥੋਂ ਚਲਾ ਜਾਏਗਾ ਅਤੇ ਸਾਡਾ ਮੁਨਾਫਾ ਜਿਹੜਾ ਹੋਏਗਾ ਉਹ ਜ਼ਿਆਦਾ ਹੋਣ ਲੱਗ ਜਾਵੇਗਾ, ਵੀ ਜੇ ਇਹਦੀ ਦੁਕਾਨ ਬੰਦ ਹੋ ਜਾਵੇਗੀ ਤਾਂ ਸਾਡਾ ਮੁਨਾਫਾ ਹੀ ਮੁਨਾਫਾ ਹੈ, ਹੀਨ ਭਾਵਨਾ। ਖਾਲਸਾ ਜੀ ਕਹਿੰਦੇ ਹਨ ਕਿ ਜੇ ਅਸੀਂ ਇੱਕ ਟੋਇਆ ਨਾ ਕਿਸੇ ਲਈ ਕੱਢਦੇ ਹਨ ਤਾਂ ਪਰਮਾਤਮਾ ਸਾਡੇ ਲਈ ਵੀ ਅਗਲਾ ਤਿਆਰ ਕਰ ਦਿੰਦਾ ਹੈ ਕਿ ਭਾਈ ਇੱਕ ਹੱਥ ਦੇ ਅਤੇ ਇੱਕ ਹੱਥ ਲੈ। ਜੇ ਅਸੀਂ ਕਿਸੇ ਨਾਲ ਬੁਰਾ ਕਰਾਂਗੇ ਤਾਂ ਪਰਮਾਤਮਾ ਉਸ ਦਾ ਬੁਰਾ ਨਹੀਂ ਹੋਣ ਦੇਗਾ, ਜੇ ਉਹ ਬੰਦਾ ਸੱਚਾ ਹੈ, ਕਿਉਂਕਿ ਸੱਚ ਅਤੇ ਸੱਚਾਈ ਕਦੇ ਵੀ ਛੁਪਦੀ ਨਹੀਂ ਹੈ। ਸੱਚਾ ਸੱਚ ਬੋਲਣ ਤੋਂ ਨਹੀਂ ਰੁਕਦਾ ਅਤੇ ਝੂਠਾ ਝੂਠ ਬੋਲਣ ਤੋਂ ਨਹੀਂ ਰੁਕਦਾ ਕਦੇ ਵੀ। ਖਾਲਸਾ ਜੀ ਕਹਿੰਦੇ ਕਿ ਅਸੀਂ ਨਾ ਜਦੋਂ ਘਰ ਫੋਨ ਕਰਕੇ ਉਹਨਾਂ ਨੇ ਦੱਸਿਆ ਕਿ ਅਫਸਰ ਆਏ ਨੇ, ਦੁਕਾਨ ਦੀ ਚੈਕਿੰਗ ਹੋ ਰਹੀ ਹੈ, ਇੱਕ ਵਾਰ ਤਾਂ ਪਹਿਲਾਂ ਮੈਂ ਵੀ ਬਹੁਤ ਡਰ ਗਈ। ਕਹਿੰਦੇ ਅਸੀਂ ਬਹੁਤ ਜ਼ਿਆਦਾ ਡਰ ਗਏ ਕਿ ਕਿਤੇ ਸਾਡੀ ਦੁਕਾਨ ਨਾ ਬੰਦ ਕਰ ਦੇਣ, ਵੀ ਕਿਸੇ ਨੇ ਜਾਣ ਕੇ ਕੋਈ ਸ਼ੈਤਾਨੀ ਕਰ ਦਿੱਤੀ ਹੋਵੇ, ਅਤੇ ਫਿਰ ਵੀ ਸਵੇਰੇ ਸਵੇਰੇ ਬਹੁਤ ਜ਼ਿਆਦਾ ਗਾਹਕ ਆਉਂਦੇ ਨੇ, ਵੀ ਇਹ ਦੁਕਾਨ ਦਾ ਧਿਆਨ ਵੀ ਨਹੀਂ ਰੱਖਿਆ ਵੀ ਕਿ ਕੋਈ ਕੁਝ ਮਿਲਾ ਨਾ ਜਾਵੇ ਕਿਸੇ ਵਿੱਚ। ਕਹਿੰਦੇ ਕਿ ਬਹੁਤ ਮਨ ਨੂੰ ਨਾ ਮਤਲਬ ਡਰ ਟੈਨਸ਼ਨ ਬਹੁਤ ਜ਼ਿਆਦਾ ਪੈ ਗਈ। ਕਹਿੰਦੇ ਅਸੀਂ ਘਰ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਕਿ ਵਾਹਿਗੁਰੂ ਜੀ ਅਸੀਂ ਕਦੇ ਕਿਸੇ ਨੂੰ ਘੱਟ ਨਹੀਂ ਸੌਦਾ ਵੇਚਿਆ, ਨਾ ਹੀ ਕੋਈ ਚਤਰ ਚਲਾਕੀ ਕੀਤੀ ਹੈ, ਪਰਮਾਤਮਾ ਜੀ ਆਪਣੀ ਮਿਹਰ ਭਰਿਆ ਹੱਥ ਰੱਖਣਾ। ਇੱਦਾਂ ਕਹਿੰਦੇ ਕਿ ਨਾ ਜਦੋਂ ਵੀ ਉਹ ਜਦੋਂ ਅੰਦਰ ਗਏ, ਚਲੋ ਉਹਨਾਂ ਦੀ ਬੋਲਬਾਣੀ ਕਿਹੋ ਜਿਹੀ ਹੁੰਦੀ ਹੈ ਜਦੋਂ ਉਹ ਕਿਸੇ ਸ਼ੱਕ ਦੇ ਤੌਰ 'ਤੇ ਆਏ ਹੋਣ ਵੀ ਇੱਥੋਂ ਕੋਈ ਨਾ ਕੋਈ ਇਹਨਾਂ ਨੇ ਕੀਤਾ ਹੀ ਹੈ ਵੀ ਖਰਾਬੀ, ਵੀ ਜਿਹੜਾ ਕਿਸੇ ਨੇ ਸ਼ਿਕਾਇਤ ਕੀਤੀ, ਸ਼ਿਕਾਇਤ ਤਾਂ ਉਹਨਾਂ ਨੇ ਦੁਕਾਨਦਾਰਾਂ ਨੇ ਜਲਨ ਹੋ ਗਈ ਵੀ ਬਹੁਤ ਜ਼ਿਆਦਾ ਦੁਕਾਨ ਚੱਲਣ ਲੱਗ ਪਈ, ਕਿਉਂ ਨਾ ਇੱਥੇ ਛਾਪਾ ਪਵਾਇਆ ਜਾਵੇ ਵੀ ਇਹਨਾਂ ਦਾ ਸਮਾਨ ਬਹੁਤ ਵਿਕਦਾ ਹੈ, ਵੀ ਮਤਲਬ ਇਹਨਾਂ ਦੇ ਉੱਤੇ ਕਿੱਦਾਂ ਵੀ ਛਾਪਾ ਦਵਾ ਕੇ ਅਤੇ ਦੁਕਾਨ ਕਿੱਦਾਂ ਨਾ ਬੰਦ ਕਰਾਈ ਜਾਵੇ ਵੀ ਕੋਈ ਗਲਤੀ ਹੋ ਜਾਵੇ। ਕਹਿੰਦੇ ਜਿਹੜੇ ਉਹਨਾਂ ਦੇ ਨੌਕਰ ਸੀ ਨਾ ਉਹਨਾਂ ਨੂੰ ਨਾ ਉਹਨਾਂ ਨੇ ਪੈਸੇ ਦਿੱਤੇ ਵੀ ਜਾ ਕੇ ਕੋਈ ਨਾ ਸੌਦਿਆਂ ਦੇ ਵਿੱਚ ਕੋਈ ਗੜਬੜੀ ਕਰ ਦਿਉ, ਵੀ ਮਤਲਬ ਕੋਈ ਖਰਾਬ ਕਰ ਦਿਉ। ਕਹਿੰਦੇ ਨੌਕਰ ਨਾ ਇੱਕ ਦੋ ਤਾਂ ਵਿਕ ਗਏ, ਬਾਕੀ ਜਿਹੜੇ ਸੱਚੇ ਸੀ ਉਹ ਨਹੀਂ ਵਿਕੇ। ਕਹਿੰਦੇ ਨਾਲੇ ਪਤਾ ਵੀ ਹੁੰਦਾ ਹੈ ਕਿ ਕੋਈ ਇੱਥੋਂ ਹੇਰਾ ਫੇਰੀ ਜ਼ਰੂਰ ਕਰਕੇ ਗਿਆ ਹੈ, ਗਿਆ ਤਾਂ ਹੀ ਇੰਨੇ ਵਿਸ਼ਵਾਸ ਨਾਲ ਦੂਜੇ ਦੁਕਾਨਦਾਰਾਂ ਨੇ ਕਿਹਾ ਹੈ। ਕਹਿੰਦੇ ਪਰ ਫਿਰ ਵੀ ਸੱਚੇ ਪਿਤਾ ਪਰਮਾਤਮਾ 'ਤੇ ਵਿਸ਼ਵਾਸ ਸੀਗਾ। ਕਹਿੰਦੇ ਕਿ ਜਦੋਂ ਦੁਕਾਨਦਾਰ ਦੁਕਾਨ ਦੂਜੇ ਦੁਕਾਨਦਾਰ ਅਤੇ ਹੋਰ ਅਫਸਰ ਜਿਹੜੇ ਸੀਗੇ ਵੀ ਦੁਕਾਨ 'ਚ ਚੈੱਕ ਕਰਨ ਆਏ ਸੀ ਸਮਾਨ ਨੂੰ, ਉਹਨਾਂ ਨੇ ਇੱਕ ਇੱਕ ਚੀਜ਼ ਦੀ ਕੁਆਲਿਟੀ ਚੈੱਕ ਕੀਤੀ ਅਤੇ ਕਿੰਨੀ ਕੁਆਂਟਿਟੀ 'ਚ ਵੇਚਦੇ ਹਨ, ਉਹ ਕੰਡਾ ਚੈੱਕ ਕੀਤਾ ਕਿ ਕਿਤੇ ਕੰਡੇ 'ਚ ਤਾਂ ਨਹੀਂ ਕੋਈ ਗੜਬੜ, ਵੀ ਜ਼ਿਆਦਾ ਪੈਸੇ ਲੈ ਕੇ ਘੱਟ ਸਮਾਨ ਤੋਲ ਦਿੰਦੇ ਹੋਣ। ਕਹਿੰਦੇ ਇਹੋ ਜਿਹਾ ਉਹਨਾਂ ਨੇ ਚੈਕਿੰਗ ਕੀਤੀ, ਪਰ ਜਿੱਦਾਂ ਜਿੱਦਾਂ ਉਹ ਚੈੱਕ ਕਰਦੇ ਸੀ ਨਾ ਉਵੇਂ ਉਵੇਂ ਸਾਰਾ ਕੁਝ ਹੀ ਸਹੀ ਹੋਈ ਜਾਂਦਾ ਸੀ, ਜਿਵੇਂ ਕਿ
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਦੁਕਾਨ ਵੱਲ ਹੱਥ ਕਰਕੇ ਕਿਰਪਾ ਕੀਤੀ ਹੋਵੇ। ਸਾਰੇ ਹੀ ਚੀਜ਼ਾਂ, ਸਾਰਾ ਹੀ ਸਮਾਨ ਬਹੁਤ ਹੀ ਵਧੀਆ ਅਤੇ ਤਾਜ਼ਾ ਸੀ। ਕੋਈ ਵੀ ਸਮਾਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਸੀ। ਕੁਝ ਕੁ ਦੇਰ, ਅੱਧਾ ਪੌਣਾ ਘੰਟਾ ਉਹ ਦੁਕਾਨ 'ਚ ਕੁਛ ਗੱਲਾਂ ਕਰਦੇ ਰਹੇ ਆਪਸ 'ਚ, ਅਤੇ ਬਾਅਦ ਵਿੱਚ ਆ ਕੇ ਉਹਨਾਂ ਨੇ ਮੇਰੇ ਪਤੀ ਨੂੰ ਉਠਾਇਆ, ਕਿਹਾ ਜੀ ਸਿੱਖ ਜੀ, ਸਰਦਾਰ ਜੀ, ਤੁਹਾਡੀ ਦੁਕਾਨ 'ਚ ਕੋਈ ਖਰਾਬੀ ਨਹੀਂ ਹੈ। ਕਹਿੰਦੇ ਕਿ ਜਦੋਂ ਉਹਨਾਂ ਨੇ ਆਹ ਗੱਲ ਦੱਸੀ ਨਾ ਵੀ ਤੁਹਾਡੀ ਦੁਕਾਨ 'ਚ ਕੋਈ ਖਰਾਬੀ ਨਹੀਂ ਸੀ, ਚਲੋ ਵਹਿਮ ਤਾਂ ਹੁੰਦਾ। ਕਹਿੰਦੇ ਫਿਰ ਮੇਰੇ ਹਸਬੈਂਡ ਨੇ ਕਿਹਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਹੈ ਵੀ ਜੋ ਉਹਨਾਂ ਨੇ ਮਿਹਰ ਭਰਿਆ ਹੱਥ ਰੱਖਿਆ ਹੈ। ਥੋੜ੍ਹੀ ਦੇਰ ਬਾਅਦ ਜਦੋਂ ਅਫਸਰ ਚਲੇ ਗਏ, ਹੋਰ ਦੁਕਾਨਦਾਰ ਉਹਨਾਂ ਤੋਂ ਪੁੱਛਣ ਲੱਗੇ ਵੀ ਤੁਹਾਨੂੰ ਕੋਈ ਵੀ ਇਹਨਾਂ ਦੇ ਦੁਕਾਨ ਦੇ ਵਿੱਚ ਕੋਈ ਕਮੀ, ਕੋਈ ਗਲਤ ਨਜ਼ਰ ਨਹੀਂ ਆਇਆ, ਤਾਂ ਉਹਨਾਂ ਨੇ ਕਿਹਾ ਕਿ ਉਹ ਭਾਈ ਉਹ ਤਾਂ ਬਿਲਕੁਲ ਇਮਾਨਦਾਰ ਬੰਦਾ ਹੈ ਭਾਈ, ਉਹ ਸਭ ਕੁਛ ਠੀਕ ਹੈ। ਦੇਖੋ, ਪਰਮਾਤਮਾ 'ਤੇ ਇੱਕ ਅਟੂਟ ਵਿਸ਼ਵਾਸ ਦੀ ਗੱਲ ਸੀ ਕਿ ਕਿੱਦਾਂ ਪਰਮਾਤਮਾ ਲਾਜ ਰੱਖਦੇ ਨੇ। ਜੇ ਕੋਈ ਕਿਸੇ ਨਾਲ ਗਲਤ ਕਰਦਾ ਹੈ ਨਾ, ਪਰਮਾਤਮਾ ਉਹਦਾ ਹਿਸਾਬ ਕਿਤਾਬ ਮਿੰਟਾਂ 'ਚ ਹੀ ਕਰ ਦਿੰਦਾ ਹੈ, ਉਹ ਹਿਸਾਬ ਕਿਤਾਬ ਬਰਾਬਰ ਕਰ ਦਿੰਦਾ ਹੈ ਪਰਮਾਤਮਾ। ਕਿਉਂਕਿ ਜਿਹੜਾ ਬੰਦਾ ਕਦੇ ਕਿਸੇ ਦੇ ਨਾਲ ਬੁਰਾ ਨਹੀਂ ਕਰਦਾ, ਪਰਮਾਤਮਾ ਕਦੇ ਵੀ ਉਸ ਦੇ ਨਾਲ ਬੁਰਾ ਨਹੀਂ ਹੋਣ ਦੇਣਗੇ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕਿੱਦਾਂ ਉਸ ਵੀਰ ਦੀ ਲਾਜ ਰੱਖੀ। ਕਿਉਂਕਿ ਜੇ ਉਸ ਦੁਕਾਨ ਦੇ ਵਿੱਚੋਂ ਕੁਝ ਵੀ ਮਾੜੀ ਮੋਟੀ ਵੀ ਕੋਈ ਖਰਾਬੀ ਪਾਈ ਜਾਂਦੀ ਤਾਂ ਉਸ ਵੀਰ ਦੀ ਦੁਕਾਨ ਸੀਲ ਕਰ ਦੇਣੀ ਸੀ, ਉਹਨੂੰ ਦੁਕਾਨ ਨਾ ਚਲਾਉਣ ਦੇ ਆਰਡਰ ਦੇ ਦੇਣੇ ਸੀ। ਉਸਦਾ ਤਾਂ ਰੁਜ਼ਗਾਰ ਹੀ ਬੰਦ ਹੋ ਜਾਣਾ ਸੀ, ਉਸਦੇ ਤਾਂ ਬੱਚੇ ਸੜਕ 'ਤੇ ਆ ਜਾਣੇ ਸੀ, ਕਿਉਂਕਿ ਰੁਜ਼ਗਾਰ ਦੇ ਸਿਰ 'ਤੇ ਹੀ ਤਾਂ ਸਭ ਕੁਝ ਚੱਲਦਾ ਹੁੰਦਾ ਹੈ। ਕਹਿੰਦੇ ਆ ਨਾ, ਪਰਮਾਤਮਾ ਜਿਹਨੂੰ ਹੱਥ ਦੇ ਕੇ ਬਚਾਵੇ ਉਹਨੂੰ ਮਾਰੇ ਕੌਣ, ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਜੇ ਕੋਈ ਕਿਸੇ ਦੀ ਖਰਾਬੀ ਕਰਨਾ ਚਾਹੁੰਦਾ ਹੈ, ਪਰ ਪਰਮਾਤਮਾ ਜੇ ਉਹਦੇ ਨਾਲ ਹੈ ਨਾ, ਤਾਂ ਚਾਹੇ ਲੋਕ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਕਦੇ ਵੀ ਉਸਦਾ ਕੁਝ ਨਹੀਂ ਵਿਗੜੇਗਾ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਉਸ ਵੀਰ ਦੀ ਇਸ ਤਰ੍ਹਾਂ ਲਾਜ ਰੱਖੀ। ਕਿਉਂਕਿ ਉਹ ਕਹਿੰਦੇ ਹਨ ਕਿ ਅਸੀਂ ਤਾਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨੇ 'ਤੇ ਹਮੇਸ਼ਾ ਜਾਈਦਾ ਹੈ, ਅਸੀਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰੀਦੀ ਹੈ, ਰਸਦ ਲੈ ਕੇ ਜਾਈਦੀ ਹੈ। ਦੇਖੋ ਵੀ ਜੇ ਆਪਾਂ ਇੱਕ ਚੀਜ਼ ਦਾਨ ਕਰਦੇ ਹਾਂ, ਜੇ ਆਪਾਂ ਕਿਲੋ ਦਾਨ ਕਰਦੇ ਨਾ, ਤਾਂ ਪਰਮਾਤਮਾ ਸਾਨੂੰ ਹਜ਼ਾਰਾਂ ਬੱਧੀ ਦਿੰਦਾ ਹੈ। ਜੇ ਅਸੀਂ 1 ਰੁਪਏ ਦਾ 1 ਦਮੜੇ ਦਾ ਮੱਥਾ ਟੇਕਦੇ ਹਾਂ, 10 ਦਮੜਿਆਂ ਦਾ ਮੱਥਾ ਟੇਕਦੇ ਹਾਂ, ਤਾਂ ਪਰਮਾਤਮਾ ਸਾਨੂੰ ਹਜ਼ਾਰਾਂ ਲੱਖਾਂ ਦੇ ਦਿੰਦੇ ਨੇ ਦਾਨ 'ਚ। ਕਿਉਂਕਿ ਅਸੀਂ ਕੁਝ ਨਹੀਂ ਦੇਣ ਵਾਲੇ ਉੱਥੇ ਜਾ ਕੇ, ਅਸੀਂ ਸਿਰਫ ਮੰਗਣ ਵਾਲੇ ਮੰਗਦੇ ਹਾਂ, ਅਤੇ ਪਰਮਾਤਮਾ ਦੇਣ ਵਾਲੇ ਸਤਿਗੁਰੂ, ਉਹਨਾਂ ਦੀ ਕਿਰਪਾ ਸਦਕੇ ਕਦੇ ਵੀ ਕਿਸੇ ਨਾ ਕਦੇ ਵੀ ਕੁਝ ਵੀ ਮਾੜਾ ਨਹੀਂ ਹੋ ਸਕਦਾ ਖਾਲਸਾ ਜੀ। ਜੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਰਿਹਾ ਹੈ, ਤਾਂ ਖਾਲਸਾ ਜੀ ਤੁਸੀਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੁਆਰੇ 'ਤੇ ਜਾਓ, ਉੱਥੋਂ ਜਲ ਲੈ ਕੇ ਆਓ। ਜਲ ਲਿਆ ਕੇ ਤੁਸੀਂ ਆਪਣੀ ਦੁਕਾਨ ਕਾਰੋਬਾਰ 'ਚ ਘਰ ਵਿੱਚ ਛੱਟਾ ਦਿਓ, ਤੁਹਾਨੂੰ ਲੱਗੇਗਾ ਕਿ ਜਿਵੇਂ ਨੈਗੇਟਿਵ ਵਾਈਬਸ, ਸਭ ਕੁਝ, ਬੁਰੀਆਂ ਸ਼ਕਤੀਆਂ, ਬੁਰੇ ਵਿਚਾਰ, ਸਭ ਕੁਝ ਖਤਮ ਹੋ ਗਿਆ ਹੈ। ਅਤੇ ਐਨ ਨਿਰਮਲ, ਜਿਵੇਂ ਸਰੋਵਰ ਦਾ ਜਲ ਨਿਰਮਲ ਹੈ ਨਾ, ਉਵੇਂ ਘਰ ਵਿੱਚ ਹੋ ਜਾਵੇਗਾ ਸਭ ਨਿਰਮਲ ਨਿਰਮਲ। ਅਤੇ ਮਨ ਵਿੱਚ ਸ਼ਾਂਤੀ ਰੱਖਣੀ ਚਾਹੀਦੀ ਹੈ ਪਰਮਾਤਮਾ 'ਤੇ ਅਟੂਟ ਵਿਸ਼ਵਾਸ ਦੀ। ਉਸ ਵੀਰ ਦੀ ਇਹ ਜਿਹੜੀ ਗਾਥਾ ਹੈ ਨਾ, ਉਸ ਵੀਰ ਨੇ ਸੁਣਾਈ ਹੈ, ਪਰ ਕਹਿੰਦੇ ਇੱਕ ਵਾਰ ਤਾਂ ਮੇਰਾ ਵੀ ਵਿਸ਼ਵਾਸ ਡੋਲਣ 'ਤੇ ਸੀ ਕਿ ਮੇਰੀ ਦੁਕਾਨ 'ਚ ਜੇ ਕੋਈ
ਗੜਬੜੀ ਹੋ ਗਈ ਤਾਂ ਮੈਂ ਕੀ ਕਰਾਂਗਾ ਪਰਮਾਤਮਾ। ਪਰ ਕਹਿੰਦੇ ਨਾ ਪਰਮਾਤਮਾ ਨੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਿਆ, ਪਰਮਾਤਮਾ ਨੇ ਖੁਦ ਚੱਲ ਕੇ ਸਾਰੀ ਦੁਕਾਨ 'ਤੇ ਮਿਹਰ ਭਰਿਆ ਹੱਥ ਰੱਖਿਆ ਤਾਂ ਕਿ ਉੱਥੋਂ ਕੋਈ ਵੀ ਕੁਝ ਵੀ ਵੀਰ ਦਾ ਨੁਕਸਾਨ ਨਾ ਹੋ ਸਕੇ ਅਤੇ ਨਾ ਹੀ ਕੋਈ ਕਮੀ ਨਿਕਲ ਸਕੇ। ਕਿਉਂਕਿ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ। ਜੇ ਅਸੀਂ ਕਿਸੇ ਨਾਲ ਇਮਾਨਦਾਰੀ ਕਰਦੇ ਹਾਂ, ਜੇ ਉਹ ਸਾਡੇ ਨਾਲ ਚਲਾਕੀ ਕਰਦਾ ਹੈ ਨਾ, ਉਹਦੀਆਂ ਚਲਾਕੀਆਂ ਦਾ ਜਵਾਬ ਸੱਚੇ ਪਿਤਾ ਵਾਹਿਗੁਰੂ ਜੀ ਖੁਦ ਦਿੰਦੇ ਨੇ। ਅਸੀਂ ਉਸ ਦੀ ਮੂੰਹ 'ਤੇ ਗੱਲ ਕਰਾਂਗੇ ਨਾ ਤਾਂ ਪਰਮਾਤਮਾ ਉਸ ਦੀ ਰੂਹ ਤੱਕ ਪਹੁੰਚਾਏਗਾ ਕਿ ਬੰਦਿਆ ਤੂੰ ਆਹ ਕੀਤਾ ਸੀ ਅਤੇ ਉਹਦੀ ਸਜ਼ਾ ਆਹ ਹੈ। ਇਹ ਤਾਂ ਸਾਨੂੰ ਨਾਲੋਂ ਨਾਲ ਸਬਕ ਮਿਲਦਾ ਰਹਿੰਦਾ ਹੈ, ਪਰ ਫਿਰ ਵੀ ਲੋਕ ਸਮਝਦੇ ਨਹੀਂ ਹਨ। ਜੇ ਕਿਸੇ ਦਾ ਕੋਈ ਕਦੇ ਮਰ ਜਾਂਦਾ ਹੈ ਤਾਂ ਦੂਜੀ ਪੈਰ ਅਸੀਂ ਉਹਦਾ ਮਜ਼ਾਕ ਉਡਾਉਂਦੇ ਹਾਂ ਜਾਂ ਕੁਛ ਵੀ, ਸੀਰੀਅਸ ਨਹੀਂ ਕੋਈ ਵੀ ਗੱਲ ਹੋ ਜਾਂਦੀ, ਵੀ ਰਫਾ ਦਫਾ ਜਿਹਾ ਕਰ ਦਿੰਦੇ ਹਾਂ। ਪਰ ਜਦੋਂ ਉਹੀ ਦੁੱਖ ਕਿਤੇ ਆਪਣੇ 'ਤੇ ਵਰਦਾ ਹੈ, ਫਿਰ ਪਤਾ ਲੱਗਦਾ ਹੈ ਕਿ ਦੁੱਖ ਕਿੰਨਾ ਕੁ ਹੁੰਦਾ ਹੈ ਅਤੇ ਦੁੱਖ ਕਿਹਨੂੰ ਕਹਿੰਦੇ ਹਨ। ਕਈ ਲੋਕ ਕਿਸੇ ਦੇ ਦੁੱਖ ਨੂੰ ਤਾਂ ਕਦੇ ਦੁੱਖ ਨਹੀਂ ਸਮਝਣਗੇ, ਪਰ ਹਾਂ ਜੇ ਉਹਨਾਂ 'ਤੇ ਕੋਈ ਵਿਪਤਾ ਆ ਜਾਵੇ ਉਸ ਨੂੰ ਹੀ ਦੁੱਖ ਮੰਨਦੇ ਹਨ। ਭਾਈ ਸੱਚੇ ਕਰਤਾਰ ਕੋਲੋਂ ਸਭ ਦੀ ਤੰਦਰੁਸਤੀ ਮੰਗਿਆ ਕਰੋ ਤਾਂ ਕਿ ਤੁਹਾਨੂੰ ਆਪਣੇ ਲਈ ਮੰਗਣ ਦੀ ਲੋੜ ਹੀ ਨਾ ਪਵੇ। ਜਦੋਂ ਸਰਬਤ ਦਾ ਭਲਾ ਮੰਗੂੰਗੇ ਤਾਂ ਤੁਹਾਡਾ ਆਪਣੇ ਆਪ ਹੀ ਹੋ ਜਾਣਾ ਹੈ ਖਾਲਸਾ ਜੀ। ਇਸ ਕਰਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਕਰੋ। ਬਾਣੀ ਸੁਣਨ ਨਾਲ ਵੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਖਾਲਸਾ ਜੀ, ਮਨ ਚੰਗੇ ਕੰਮਾਂ ਵਿੱਚ ਲੱਗਦਾ ਹੈ। ਇਸ ਕਰਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 'ਤੇ ਪੂਰਾ ਭਰੋਸਾ ਰੱਖੋ। ਕੀਤਾ ਹੋਇਆ ਵਿਸ਼ਵਾਸ ਅਤੇ ਭਰੋਸਾ ਤੁਹਾਡਾ ਨਾ ਤੁਹਾਡੀ ਕਿਸੇ ਵੀ ਆਸ਼ਾ ਨੂੰ ਨਿਰਾਸ਼ਾ 'ਚ ਨਹੀਂ ਬਦਲਣ ਦੇਣਗੇ ਖਾਲਸਾ ਜੀ। ਤੁਹਾਡਾ ਕੀਤਾ ਹੋਇਆ ਵਿਸ਼ਵਾਸ ਤੁਹਾਨੂੰ ਧੁਰੋਂ ਪਾਰ ਲੰਘਾ ਦੇਵੇਗਾ। ਵਿਸ਼ਵਾਸ ਕਰਕੇ ਵੇਖੋ ਖਾਲਸਾ ਜੀ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।